ਆਊਜ਼ ਬਿੱਲਾਹੀ ਮਿਨ ਸ਼ੈਤਾਨਿਰ ਰਜੀਮ, ਬਿਸਮਿਲ੍ਲਾਹਿ ਰਹਿਮਾਨਿਰ ਰਹੀਮ। ਤੁਸੀਂ ਵੇਖ ਰਹੇ ਹੋ ਕਰਨਾਨਾ ਚੈਨਲ ਵਲੌਗਸ ਅਤੇ ਮੈਂ ਅਬੂ ਜ਼ਰ। ਉਮੀਦ ਕਰਨਾ ਕਿ ਸਾਰੇ ਭਾਈ ਬਿਲਕੁਲ ਹੈਰ ਖਰੀ ਨਾਲ ਵਧੇ। ਅੱਜ ਆਪਣਾ ਅੱਜ ਦਾ ਵਲੌਗਸ ਕਰਨੇ ਆ ਸ਼ੁਰੂ। ਅੱਜ ਦਾ ਮੇਰਾ ਵਲੌਗ ਹੈ ਆਪਣੇ ਪਿੰਡ ਕਰਨਾਨਾ ਦੇ ਹਵਾਲੇ ਨਾਲ, ਜਿਹੜੇ ਕਰਨਾਨੇ ਫੈਸਿਲਿਟੀਆਂ ਨੇ ਉਹਨਾਂ ਨੂੰ ਪੁੱਟਅਪ ਕਰਨੇ ਆ। ਤੁਹਾਨੂੰ ਉਹਨਾਂ ਦੇ ਬਾਰੇ ਗਾਈਡਲਾਈਨ ਦਿੰਦੇ ਹਾਂ ਕਿ ਸਾਡੇ ਪਿੰਡ ਵਿੱਚ ਕਿਹੜੀ ਕਿਹੜੀ ਫੈਸਿਲਿਟੀ ਆਏ। ਸਭ ਦੀ ਪਹਿਲੇ ਤਾਲੀਮ ਦੀ ਗੱਲ ਕਰੀਏ ਤਾਂ ਸਾਡੇ ਪਿੰਡ ਵਿੱਚ ਅਲਹਮਦੁਲਿਲਾ ਗੌਰਮੈਂਟ ਹਾਈ ਸਕੂਲ ਕਰਨਾਨਾ ਫਾਰ ਬੋਇਜ਼, ਬੱਚਿਆਂ ਵਾਸਤੇ ਸਾਡੇ ਪਿੰਡ 8ਵੀਂ ਤੱਕ ਮਿਡਲ ਸਕੂਲ ਹੈ ਗੌਰਮੈਂਟ ਦਾ। ਉਸ ਤੋਂ ਬਾਅਦ 5 ਤੋਂ 6 ਸਾਡੇ ਸਕੂਲ ਨੇ ਪ੍ਰਾਈਵੇਟ, ਇੱਕ ਪਬਲਿਕ ਮਾਡਲ ਹੈ ਕਿੰਸਾ ਪਬਲਿਕ ਮਾਡਲ, ਅਲਗਨੀ ਪਬਲਿਕ ਮਾਡਲ ਹਾਈ ਸਕੂਲ, ਉਸ ਤੋਂ ਬਾਅਦ ਨੂਰ ਪਬਲਿਕ ਮਾਡਲ ਹਾਈ ਸਕੂਲ। ਇਸ ਤੋਂ ਇਲਾਵਾ ਇੱਕ ਦੋ ਸਕੂਲ ਹੈ ਇਹ ਪ੍ਰਾਈਵੇਟ ਵਾਸਤੇ, ਪ੍ਰਾਈਵੇਟ ਬੱਚਿਆਂ ਵਾਸਤੇ। ਅਤੇ ਜਿਹੜੇ ਸਾਡੇ ਕਰਨਾਨਾ ਦਾ ਬੱਚਿਆਂ ਦਾ ਸਕੂਲ ਹੈ ਉਹਨੂੰ ਸਾਡੇ ਪਿੰਡ ਦੇ ਚੌਧਰੀ ਅਜਮਲ ਅਲੀ ਹਾਵਰ ਸਾਹਿਬ ਨੇ, ਚੌਧਰੀ ਅਜਮਲ ਅਲੀ ਹਾਵਰ ਐਡਵੋਕੇਟ ਗੋਰਸੀ ਸਾਹਿਬ ਨੇ, ਉਹਨਾਂ ਨੇ ਆਪਣੀ ਜ਼ਮੀਨ ਅਲਾਟ ਕੀਤੀ ਸਨ। ਉਸ ਤੋਂ ਬਾਅਦ ਚਾਚਾ ਜੀ ਜ਼ਫਰ ਇਕਬਾਲ ਠੋਲਾ ਵਲਦ ਅੱਜੀ ਫਤਿਹ ਮੰਮਦ ਠੋਲਾ ਸਾਹਿਬ ਨੇ, ਉਹਨਾਂ ਨੇ ਵੀ ਪਿੱਛੇ ਜੀ ਕਨਾਲ ਕਿ 2 ਕਨਾਲ ਸ਼ਾਇਦ ਜ਼ਮੀਨ ਅਲਾਟ ਕੀਤੀ ਆ ਹੀ। ਇਹ ਤਾਂ ਜਨਾਬ ਹੋ ਗਿਆ ਸਾਡੇ ਪਿੰਡ ਕਰਨਾਨੇ ਦੀ ਤਾਲੀਮ ਦਾ ਸਾਰਾ। ਅਤੇ ਇਸ ਤੋਂ ਇਲਾਵਾ ਜਿਹੜੇ ਬੱਚੇ ਇੰਟਰ ਵਿੱਚ ਬੀ ਏ ਵਿੱਚ ਜਾਂ ਐੱਮ ਏ ਵਾਸਤੇ ਸਾਨੂੰ ਲਾਲੇ ਮੁਸੇ ਖਾਰੀਏ ਗੁਜਰਾਤ ਲਾਹੌਰ ਵਗੈਰਾ ਵਿੱਚ ਵੀ ਜਾਣਾ ਪੈਂਦਾ ਹੈ ਅਲ ਤਲੀਮ ਵਾਸਤੇ। ਅਤੇ ਜੇ ਅਸੀਂ ਸਿਹਤ ਦੇ ਵਾਲੇ ਨੇ ਗੱਲਬਾਤ ਕਰੀਏ ਤਾਂ ਸਾਡੇ ਅਲਹਮਦੁਲਿਲਾ ਸਰਕਾਰੀ ਹਸਪੀਟਲ ਹੈ, ਤਕਰੀਬਨ ਉਹਦੇ ਵਿੱਚ ਹਰ ਫੈਸਿਲਿਟੀ ਹੈ ਕਰਨਾਨੇ ਦੇ ਮਸ਼ਰਕ ਸਾਈਡ 'ਤੇ ਵੇ ਉਹਦੇ ਕਰ ਜਦੋਂ ਤਕਰੀਬਨ ਹਸਪੀਟਲ ਬਣਿਆ ਸਨ ਅਤੇ ਚਾਚਾ ਜੀ ਬਾਊ ਮੁਹੰਮਦ ਰਫੀਕ ਟਾਣਾ ਸਾਹਿਬ ਨੇ ਇਹਨਾਂ ਨੂੰ ਆਪਣੇ ਹਸਪੀਟਲ ਵਾਸਤੇ ਜ਼ਮੀਨ ਅਲਾਟ ਕੀਤੀ ਆ ਹੀ, ਉਹਨਾਂ ਦੀ ਬੜੀ ਅੱਛੀ ਕਾਵਸ਼ ਹੈ। ਅਤੇ ਇਸ ਤੋਂ ਇਲਾਵਾ ਪ੍ਰਾਈਵੇਟ ਵੀ ਡਿਸਪੈਂਸਰੀਆਂ 3-4 ਹੈ ਨੇ, ਮੇਰੇ ਆਪਣਾ ਤੁਸੀਂ ਕਹਿ ਸਕਦੇ ਹੋ ਕਿ ਪ੍ਰਾਈਵੇਟ ਕਲੀਨਿਕ ਨੇ ਜਿਹੜੇ ਆਵਾਮ ਨੂੰ ਸਹੂਲਤਾਂ ਦੇ ਰਹੇ ਨੇ। ਵੇਲੇ ਕੁ ਵੇਲੇ ਜੇ ਅਸੀਂ ਐਮਰਜੈਂਸੀ ਵਿੱਚ ਲਾਲੇ ਮੁਸੇ ਜਾਂ ਕਿਤੇ ਖਾਰੀਏ ਲਾਹੌਰ ਨਹੀਂ ਜਾ ਸਕਦੇ ਹੈ ਤਾਂ ਫਿਰ ਪ੍ਰਾਈਵੇਟ ਅਸੀਂ ਅਪਰੋਚ ਕਰ ਲੈਂਦੇ ਹਾਂ, ਉਹਨਾਂ ਨੂੰ ਵਾਸਤੇ ਉਹਨਾਂ ਦੀ ਖਿਦਮਤ ਹਾਸਲ ਕੀਤੀ ਜਾ ਸਕਦੀ ਹੈ। ਸਾਡੇ ਕਰਨਾਨੇ ਦੇ ਲੋਕਾਂ ਨੇ ਆਪਣੀ ਮਦਦ ਆਪ ਦੇ ਤਹਿਤ ਇੱਕ ਐਂਬੂਲੈਂਸ ਦਾ ਅਰੇਂਜ ਕੀਤਾ ਹੈ, ਜਿਹਦੇ ਵਾਸਤੇ ਹਰ ਅਮੀਰ ਗਰੀਬ ਵਾਸਤੇ ਕੋਈ ਉਹਦੇ ਵਿੱਚ ਤਫਰੀਕ ਨਹੀਂ ਹੈ, ਸਾਰੇ ਵਾਸਤੇ ਬਿਲਕੁਲ ਮਖਸੂਸ ਜਿਹਾ। ਤੁਸੀਂ ਕਹਿ ਸਕਦੇ ਹੋ ਕਿ ਸਿਰਫ ਤੇਲ ਦੇ ਪੈਸੇ ਦੇ ਗਈ, ਲਾਲੇ ਮੁਸੇ ਗੁਜਰਾਤ ਖਾਰੀਏ ਲਾਹੌਰ ਤੱਕ ਇਸਲਾਮਾਬਾਦ ਤੱਕ ਰਸਾਈ ਕੀਤੀ ਜਾ ਸਕਦੀ ਹੈ। ਐਂਬੂਲੈਂਸ ਨੂੰ ਅਸੀਂ ਯੂਜ਼ ਕਰਨੇ ਹਾਂ, ਉਹ ਆਪਣੇ ਕਰਨਾਨੇ ਸਾਡੇ ਕਰਨਾਨੇ ਦੇ ਬੰਦਿਆਂ ਨੇ ਆਪਣੀ ਮਦਦ ਆਪ ਦੇ ਤਹਿਤ ਐਂਬੂਲੈਂਸ ਖਰੀਦੀ ਸਨ। ਤਕਰੀਬਨ 10 ਤੋਂ 12 ਸਾਲ ਹੋ ਗਏ ਨੇ, 2008 ਜਾਂ 9 ਵਿੱਚ ਸ਼ਾਇਦ ਐਂਬੂਲੈਂਸ ਲਿਆ ਸੀ। ਮਸਜਿਦ ਦੇ ਹਵਾਲੇ ਨਾਲ ਸਾਡੇ ਪਿੰਡ ਵਿੱਚ 12 ਮਸਜਿਦਾਂ ਨੇ ਕੁੱਲ, ਜਿਹਦੇ ਵਿੱਚੋਂ 2 ਜਾਂ 3 ਜ਼ੇਰੇ ਤਾਮੀਰ ਨੇ, ਬਾਕੀ ਅਲਹਮਦੁਲਿਲਾ ਸਾਰੀਆਂ ਮਸਜਿਦਾਂ ਮੁਕੰਮਲ ਨੇ। ਜਿਹਦੇ ਵਿੱਚੋਂ 4 ਜਾਮਿਆ ਮਸਾਜਿਦ ਨੇ, ਜਿਹਦੇ ਵਿੱਚੋਂ ਸਭ ਦੀ ਪਹਿਲੀ ਅਲਮਦੀਨਾ ਮਸਜਿਦ ਦੇ, ਮਰਕਜ਼ੀ ਜਾਮਿਆ ਮਸਜਿਦ ਦੇ, ਉਸ ਤੋਂ ਬਾਅਦ ਸਟੇਸ਼ਨ ਵਾਲੀ ਉਮਰ ਫਰੂਕ ਮਸਜਿਦ ਹੈ, ਉਹ ਵੀ ਜਾਮਿਆ ਮਸਜਿਦ ਹੋ ਗਈ ਹੈ, ਮਸਜਿਦ ਕੁਬਾ ਨੇ। ਇਸ ਤੋਂ ਇਲਾਵਾ 2 ਜਾਮਿਆਤ ਨੇ, ਇੱਕ ਬੱਚਿਆਂ ਵਾਸਤੇ ਦਰਸ ਹੈ ਜਾਮਿਆ ਮੁਹੱਈਉਲ ਇਸਲਾਮ ਕਰਨਾਨਾ, ਇੱਕ ਬੱਚਿਆਂ ਵਾਲਾ ਦਰਸ ਹੈ ਜਿਹਨੂੰ ਕਾਰੀ ਮੁਹੰਮਦ ਲਾਵਰ ਕਾਦਰੀ ਸਾਹਿਬ ਆਪਣਾ ਮੈਨੇਜ ਕਰਦੇ ਨੇ, ਉਹੀ ਉਹਦੇ ਸਰਪ੍ਰਸਤ ਨੇ, ਸਰਪ੍ਰਸਤੇ ਵਾਲਾ ਉਹਦੇ ਨੇ। ਤਕਰੀਬਨ 1989 ਵਿੱਚ ਸਾਡੇ ਪਿੰਡ ਦਰਸ ਬੱਚਿਆਂ ਦਾ ਬਣਿਆ ਸੀ ਪਹਿਲੀ ਵਾਰੀ, ਅਤੇ ਜਿਹਦੇ ਵਿੱਚ ਗਿਰਦਨਵਾਦ ਦੇ ਬਹੁਤ ਜ਼ਿਆਦਾ ਸਟੂਡੈਂਟ ਦੀਨੀ ਤਲੀਮ ਹਾਸਲ ਕਰਦੇ ਨੇ ਪਏ। ਕਰਨਾਨੇ ਦਾ ਜਨਾਜ਼ਾ ਗਾਹ ਮਾਸ਼ਾਅੱਲਾ ਆਪਣੀ ਮਿਸਾਲ ਆਪ ਹੈ। ਪਹਿਲੇ ਸਾਡੇ ਪਿੰਡ ਵਿੱਚ 1992 ਵਿੱਚ ਪਹਿਲੇ ਕਰਨਾਨੇ ਪਿੰਡ ਨੇ ਆਪਣੀ ਮਦਦ ਆਪ ਦੇ ਤਹਿਤ ਜਨਾਜ਼ਾ ਗਾਹ ਬਣਵਾਇਆ ਹਾ। ਸਾਡਾ ਜਨਾਜ਼ਾ ਗਾਹ ਉਦੋਂ ਤਮੀਰ ਹੋਇਆ ਸੀ ਜਦੋਂ ਇਰਦ ਗਿਰਦ ਦੇ ਪਿੰਡਾਂ ਵਿੱਚ ਜਨਾਜ਼ਾ ਗਾਹ ਸ਼ਾਇਦ ਬਹੁਤ ਹੀ ਘੱਟ ਹੁੰਦੇ ਆ। ਹੁਣ ਅਲਹਮਦੁਲਿਲਾ 2 ਸਾਲ ਤੋਂ ਸਾਡੇ ਪਿੰਡ ਦੇ ਆਏ ਨੇ ਅੱਜੀ ਬੂਟੇ ਹੰਗੋਰਸੀ ਸਾਹਿਬ ਨੇ, ਈਦੀ ਆਫ ਕਰਨਾਨਾ ਜਿਨ੍ਹਾਂ ਨੂੰ ਕਿਹਾ ਜਾਂਦਾ, ਹਰ ਫਲਾਈ ਕੰਮ ਵਿੱਚ ਬੜ ਚੜ੍ਹ ਕੇ ਹਿੱਸਾ ਲੈਂਦੇ ਨੇ। ਉਹਨਾਂ ਨੇ 1.5 ਕਰੋੜ ਰੁਪਏ ਲਾਗਤ ਨਾਲ ਜਨਾਜ਼ਾ ਗਾਹ ਦੀ ਤਮੀਰ ਕਰਵਾਈ ਹੈ, ਟੋਟਲ ਉਹਨਾਂ ਨੇ ਖਰਚਾ ਆਪਣੇ ਕੋਲੋਂ ਕੀਤਾ ਹੈ। ਇਸ ਤੋਂ ਇਲਾਵਾ ਸਾਡੇ ਕਰਨਾਨੇ ਹਾਈ ਸਕੂਲ ਵਿੱਚ ਅੱਜ ਤੋਂ ਤਕਰੀਬਨ 1 ਸਾਲ ਪਹਿਲੇ 1 ਕਨਾਲ ਜਗ੍ਹਾ ਨਾਲ ਰਲਦੀ ਸਨ, ਬੜੀ ਸੂਟ ਕਰਦੀ ਆ ਹੀ, ਅਤੇ ਉਹਦੀ ਤਕਰੀਬਨ ਕੀਮਤ ਲੱਗੀ ਸੀ 73 ਲੱਖ ਰੁਪਇਆ। 10 ਲੱਖ ਰੁਪਇਆ ਕਰਨਾਨੇ ਦੇ ਆਵਾਮ ਨੇ ਇਕੱਠਾ ਕੀਤਾ ਹਾ, ਬਾਕੀ 63 ਲੱਖ ਰੁਪਇਆ ਅੱਜ ਹੀ ਬੂਟੇ ਹਾਂ ਗੋਰਸੀ ਸਾਹਿਬ ਨੇ ਆਪਣੀ ਤਰਫ ਵਤੀਆ ਕੀਤਾ ਹਾ। ਇਸ ਤੋਂ ਬਾਅਦ ਕਰਨਾਨੇ ਰੇਲਵੇ ਸਟੇਸ਼ਨ ਆ ਜਾਂਦਾ। ਕਰਨਾਨੇ ਦਾ ਰੇਲਵੇ ਸਟੇਸ਼ਨ ਕਰਨਾਨੇ ਦੇ ਆਵਾਮ ਵਾਸਤੇ ਇੱਕ ਤੁਸੀਂ ਅਜੂਬਾ ਕਹਿ ਸਕਦੇ ਹੋ ਕਿ 1985 ਵਿੱਚ ਚੌਧਰੀ ਅਖਤਰ ਖਟਾਣਾ ਸਾਹਿਬ, ਬਾਊ ਅਖਤਰ ਖਟਾਣਾ ਸਾਹਿਬ ਨੇ ਕਾਵਿਸ਼ ਨਾਲ ਅਤੇ ਕਰਨਾਨੇ ਵਿੱਚ ਸਟੇਸ਼ਨ ਮਨਜ਼ੂਰ ਹੋਇਆ ਸੀ। ਫਿਰ 1994 ਵਿੱਚ
ਸਾਡਾ ਪਲੇਟਫਾਰਮ ਮਨਜ਼ੂਰ ਹੋ ਗਿਆ ਹੈ। ਫਿਰ ਜਿਹੜਾ ਲੋਕਾਂ ਨੇ ਪੂਰੇ ਪਿੰਡ ਦੇ ਹਰ ਬਰਾਦਰੀ ਨੇ ਹਰ ਬੰਦੇ ਨੇ ਬਾਹਰ ਚੜ੍ਹ ਕੇ ਤਾਵਨ ਕੀਤਾ ਹੈ, ਨਾਲ ਬਸਾਤੇ ਖੁਦ ਐਜ਼ ਲੇਬਰ ਕੰਮ ਕਰਕੇ ਅਤੇ ਉਪਾਇਤ ਮਿਲ ਤੱਕ ਪਹੁੰਚਾਇਆ ਹੈ। ਉਸ ਦੇ ਬਾਅਦ ਕਰਨਾਨੇ ਰੇਲਵੇ ਸਟੇਸ਼ਨ ਇੱਕ ਪਿੰਡ ਵਿੱਚੋਂ ਦੇ ਨਾਤੇ ਸਾਡੇ ਸਟੇਸ਼ਨ ਦੇ ਉੱਪਰ ਸ਼ਟਰ ਲੱਗੇ ਹੈ, ਯਾਨੀ ਕਿ ਜਿਹੜਾ ਅੱਜ ਵੀ ਕਾਫੀ ਵੱਡਿਆਂ ਸ਼ਹਿਰਾਂ ਵਿੱਚ ਵੀ ਇਹ ਸਹੂਲਤ ਨਹੀਂ ਹੈ, ਲੇਕਿਨ ਸਾਡੇ ਪਿੰਡ ਵਿੱਚ ਅਲਹਮਦੁਲਿਲਾ ਬੜਾ ਅੱਛਾ ਜਿਹੜਾ ਇਹ ਛਾਂ ਦਾ ਇੰਤਜ਼ਾਮ ਕੀਤਾ ਗਿਆ ਹੈ। ਪਲੇਟਫਾਰਮ ਵੀ ਇੱਕ ਆਪਣੀ ਮਿਸਾਲ ਆ ਪਈ, ਸਾਡਾ ਰੇਲਵੇ ਫਾਟਕ ਜਿਹੜਾ ਅਲਹਮਦੁਲਿਲਾ ਬਿਹਤਰੀਨ, ਬਹੁਤ ਸੋਹਣਾ, ਕਾਫੀ ਸਾਰੇ ਲੋਕ ਉਹਨੂੰ ਵੇਖਣ ਵੀ ਆਉਂਦੇ ਨੇ, ਕਾਫੀ ਲੋਕ ਉਹਨੂੰ ਪਸੰਦ ਕਰਦੇ ਨੇ। ਮਾਸ਼ਾਅੱਲਾ ਬੜਾ ਅੱਛਾ ਉਹ ਨਿਜ਼ਾਮ ਹੈ ਸਾਡਾ ਰੇਲਵੇ ਸਟੇਸ਼ਨ ਦਾ, ਰੇਲਵੇ ਫਾਟਕ ਦਾ। ਅੱਗੇ ਬੈਂਕ ਦੇ ਵਾਲੇ ਨਾਲ ਗੱਲ ਕਰੀਏ, ਸਾਡੇ ਕਰਨਾਨੇ ਪਿੰਡ ਵਿੱਚ ਹਬੀਬ ਬੈਂਕ ਹੈ ਮਿਲਾਦ ਚੌਂਕ ਦੇ ਉੱਤੇ, ਪਿੰਡ ਦੇ ਬਿਲਕੁਲ ਸੈਂਟਰ ਵਿੱਚ ਵਾਕਿਆ ਹੈ। ਉਹਦੇ ਵੀ ਕਾਫੀ ਆਵਾਮ ਨੂੰ ਫੈਸਿਲਿਟੀਆਂ ਨੇ, ਚਲੋ ਸਾਨੂੰ ਆਲੇ ਦੁਆਲੇ ਸ਼ਹਿਰਾਂ ਵੀ ਨਹੀਂ ਜਾਣਾ ਪੈਂਦਾ ਹੈ, ਜਿਹੜੇ ਲੋਕਾਂ ਨੇ ਆਪਣੀ ਬਿੱਲ ਤਾਰਨੇ ਹੁੰਦੇ ਨੇ, ਆਪਣੇ ਪੈਸੇ ਵਗੈਰਾ ਜਮ੍ਹਾਂ ਕਰਾਉਣੇ ਨੇ ਜਾਂ ਜੋ ਵੀ ਇਹ ਸਹੂਲਤ ਬੈਂਕ ਦੀ ਤੁਸੀਂ ਆਪਣਾ ਫਾਇਦਾ ਚੁੱਕਣਾ ਹੁੰਦਾ, ਸਾਡੇ ਪਿੰਡ ਵਿੱਚ ਅਲਹਮਦੁਲਿਲਾ ਬੈਂਕ ਦੀ ਸਹੂਲਤ ਵੀ ਮੌਜੂਦ ਹੈ। ਕਰਨਾਨਾ ਪਿੰਡ ਤਕਰੀਬਨ ਆਪਣੇ ਇਰਦ ਗਿਰਦ ਦੇ ਪਿੰਡਾਂ ਵਿੱਚੋਂ ਕਾਫੀ ਸਾਰਾ ਇੱਕ ਵੱਡਾ ਪਿੰਡ ਹੈ। ਐਜ਼ ਯੂਨੀਅਨ ਕੌਂਸਲ ਇਹਦੇ ਵਿੱਚ ਯੂਨੀਅਨ ਕੌਂਸਲ ਕਰਨਾਨੇ ਪਿੰਡ ਵਿੱਚ ਮੌਜੂਦ ਹੈ, ਜਿਹਦੇ ਵਿੱਚ ਤਕਰੀਬਨ 7 ਤੋਂ 8 ਪਿੰਡ ਨਾਲ ਸਾਡੇ ਟੋਟਲ ਸ਼ਾਮਿਲ ਹੋ ਜਾਂਦੇ ਨੇ। ਇਹਦੇ ਵਾਸਤੇ ਆਵਾਮ ਨੂੰ ਆਪਣੇ ਪਿੰਡ ਵਿੱਚ ਯੂਨੀਅਨ ਕੌਂਸਲ ਹੋਣ ਦਾ ਵੀ ਕਾਫੀ ਸਾਰਾ ਫਾਇਦਾ ਹੈ। ਬਾਕੀ ਜੇ ਖਰੀਦੋ ਫਰੋਖਤ ਦੇ ਹਵਾਲੇ ਨਾਲ ਗੱਲ ਕੀਤੀ ਜਾਏ ਤਾਂ ਸਾਡੇ ਪਿੰਡ ਵਿੱਚ ਤਕਰੀਬਨ 22 ਤੋਂ 25 ਕਰਿਆਨੇ ਦੀਆਂ ਦੁਕਾਨਾਂ ਨੇ, ਜਿਹਦੇ ਵਿੱਚੋਂ ਤਕਰੀਬਨ 4 ਦੇ 5 ਮਾਲ ਟਾਈਪ ਜਿਹਨੂੰ ਤੁਸੀਂ ਕਹਿ ਸਕਦੇ ਹੋ ਕਿ ਵੱਡੇ ਸਟੋਰ ਨੇ, ਜਿਹਦੇ ਤਕਰੀਬਨ ਰੋਜ਼ਮਰ੍ਹਾ ਦੀਆਂ ਹਰ ਕਿਸਮ ਦੀਆਂ ਚੀਜ਼ਾਂ ਅਸੀਂ ਉੱਥੋਂ ਹਾਸਲ ਕਰ ਸਕਦੇ ਹਾਂ। 1-2 ਬੇਕਰੀ ਵੀ ਆਏ, ਉਹਦੇ ਵਾਸਤੇ ਵੀ ਉਹਦਾ ਵੀ ਕਾਫੀ ਸਾਰਾ ਫਾਇਦਾ ਸਾਡੀ ਆਵਾਮ ਨੂੰ, ਸਾਡੇ ਪਿੰਡ ਨੂੰ, ਕਿ ਸਾਨੂੰ ਕਿਤੇ ਦੂਰ ਨਹੀਂ ਜਾਣਾ ਪੈਂਦਾ ਹੈ, ਹਰ ਕਿਸਮ ਦੀ ਚੀਜ਼ ਅਸੀਂ ਇੱਥੋਂ ਹੀ ਖਰੀਦ ਸਕਦੇ ਹਾਂ। ਜੇ ਰਫਾਏ ਅੰਮਾ ਵੱਲੋਂ ਅਸੀਂ ਵੇਖਿਆ ਤਾਂ ਸਾਡੇ ਪਿੰਡ ਵੀ ਕਾਫੀ ਸਾਰੇ ਲੋਕ ਨੇ ਜਿਹੜੇ ਗਰੀਬਾਂ ਮਸਕੀਨਾਂ ਦੀ ਮਦਦ ਕਰਦੇ ਨੇ ਬਹੁਤ ਜ਼ਿਆਦਾ। ਅਜੀ ਬੂਟੇ ਹਾਂ ਦਾ ਅੱਗੇ ਮੈਂ ਜ਼ਿਕਰ ਕੀਤਾ, ਅਜੀ ਬੂਟੇ ਹਾਂ ਗੁਰਸੀ ਸਾਹਿਬ ਦਾ ਅੱਗੇ ਵੀ ਮੈਂ ਜ਼ਿਕਰ ਕੀਤਾ, ਅਤੇ ਮਾਸ਼ਾਅੱਲਾ ਆਪਣੀ ਮਿਸਾਲ ਆਪ ਨੇ ਅੱਲਾ ਪਾਕ ਉਹਨਾਂ ਦੇ ਰਿਜ਼ਕ ਵਿੱਚ ਇਜ਼ਾਫਾ ਤਾ ਫਰਮਾਏ, ਹਰ ਵਕਤ ਹਾਜ਼ਰ ਨੇ ਗਰੀਬਾਂ ਵਾਸਤੇ, ਮਸਕੀਨਾਂ ਵਾਸਤੇ, ਉਂਝ ਵੀ ਆਮ ਪਬਲਿਕ ਨੂੰ ਯਾਨੀ ਕਿ ਕਾਫੀ ਸਾਰੀਆਂ ਸਹੂਲਤਾਂ ਦਿੰਦੇ ਨੇ। ਇਸ ਤੋਂ ਇਲਾਵਾ ਚਾਚਾ ਜੀ ਅਸ਼ਰਫ ਖਟਾਨਾ ਸਾਹਿਬ ਫੋਤ ਹੋ ਗਏ ਨੇ, ਅੱਲਾ ਪਾਕ ਉਹਨਾਂ ਨੇ ਮਾਨ ਦੇ, ਉਹਨਾਂ ਨੇ ਇੰਗਲੈਂਡ ਵਿੱਚ ਅੱਜ ਤੋਂ ਤਕਰੀਬਨ 20-25 ਸਾਲ ਪਹਿਲੇ ਇੱਕ ਤਨਜ਼ੀਮ ਸ਼ੁਰੂ ਕੀਤੀ ਸੀ, ਅਤੇ ਉਹਨੂੰ ਉਹਨੇ ਚਾਚਾ ਜੀ ਰਿਆਜ਼ ਖਟਾਨਾ ਸਾਹਿਬ ਉਹਨੂੰ ਰਨ ਕਰ ਰਹੇ ਨੇ, ਉਹਨੂੰ ਚਲਾ ਰਹੇ ਨੇ, ਅਤੇ ਉਹ ਵੀ ਤਕਰੀਬਨ 5-8 ਲੱਖ ਰੁਪਇਆ ਮੰਥਲੀ ਉਹ ਕਰਨਾਨੇ ਭੇਜਦੇ ਨੇ, ਅਤੇ ਜਿਹਦੀ ਵਜ੍ਹਾ ਜਿਹਦੇ ਤਿਉਂ ਕਾਫੀ ਸਾਰੇ ਗਰੀਬ ਫਾਇਦਾ ਚੁੱਕਦੇ ਨੇ, ਗਰੀਬਾਂ ਨੂੰ ਕਾਫੀ ਸਾਰੀਆਂ ਸਹੂਲਤਾਂ ਉਹਨਾਂ ਪੈਸਿਆਂ ਤੋਂ ਲੱਭ ਜਾਂਦੀਆਂ ਨੇ। ਕੀ ਰਹੀ ਕੇਬਲ ਸ਼ਾਇਦ ਦੋਸਤ ਹੈ ਤਨਕੀਦ ਕਰਨ, ਲੇਕਿਨ ਇੱਕ ਅੱਛੇ ਪਹਿਲੇ ਨਾਲ ਨਜ਼ਰ ਆਉਂਦਾ ਕੰਮ ਕਿ ਕੇਬਲ ਵੀ ਆਏ ਜਿਹਦੇ ਨਾਲ ਕਾਫੀ ਸਾਰੇ ਫਾਇਦੇ ਵੀ ਨੇ, ਤੁਸੀਂ ਖਬਰਾਂ ਸੁਣ ਸਕਦੇ ਹੋ, ਆਪਣੇ ਮਦਨੀ ਚੈਨਲ ਵੀ ਆਏ ਨੇ, ਇਸ ਤੋਂ ਇਲਾਵਾ ਇਸਲਾਮਿਕ ਚੈਨਲਸ ਵੀ ਆਏ ਨੇ, ਇੰਟਰਟੇਨਮੈਂਟ ਵਾਸਤੇ ਚੈਨਲ ਵੀ ਆਏ ਨੇ, ਸਪੋਰਟਸ ਚੈਨਲ ਵੀ ਆਏ ਨੇ। ਕਰਨਾ ਨੇ ਕੇਬਲ ਦਾ ਕੰਮ ਤਕਰੀਬਨ 2008 ਵਿੱਚੋਂ ਸ਼ੁਰੂ ਹੋਇਆ ਹਾ, ਉਹ ਤਕਰੀਬਨ ਇਹ ਵੀ ਕਰਨਾਨੇ ਵਿੱਚ ਕੇਬਲ ਜਾਂ ਨੈਟਵਰਕਿੰਗ ਹੈ ਉਹ ਜਾਰੀ ਹੈ ਸਾਰੀ ਹੈ। ਜੇ ਕਰਨਾਨੇ ਦੀ ਆਬਾਦੀ ਦੇ ਹਵਾਲੇ ਨਾਲ ਗੱਲ ਕਰੀਏ ਤਾਂ ਸਾਡੇ ਕਰਨਾਨੇ ਦੀ ਆਬਾਦੀ 2015 ਵਿੱਚ ਤਕਰੀਬਨ 8,383 ਆਬਾਦੀ 'ਤੇ ਮੁਸ਼ਤਮਿਲ ਸਾਡਾ ਪਿੰਡ ਹੈ, ਜਿਹਦੇ ਵਿੱਚੋਂ 7,300 ਬੰਦਾ ਤਕਰੀਬਨ ਕਰਨਾਨੇ ਦੇ ਯਾਨੀ ਜਿਹੜਾ ਮੌਜੂਦ ਹੈ, ਜਿਹਨੂੰ ਤੁਸੀਂ ਰੀਸੈਂਟਲੀ ਕਹਿ ਸਕਦੇ ਹੋ ਕਿ 1,000 ਬੰਦਾ ਜਿਹੜਾ ਬਰੂਨੇ ਮੁਲਕ ਮੁਕੀਮ ਨੇ, ਕੋਈ ਯਾਨੀ ਕਿ ਇੱਥੋਂ ਕਰਾਚੀ, ਲਾਹੌਰ, ਲਾਲਾ ਮੁਸਾਖਰ ਜਾਂ ਗੁਜਰਾਤ ਅੱਗੇ ਪਿੱਛੇ ਜਾ ਕੇ ਆਪਣੇ ਕੰਮ ਕਾਜ ਸਿਲਸਿਲੇ ਵਿੱਚ ਜਾਂ ਆਪਣੇ ਬੱਚਿਆਂ ਦੀ ਤਲੀਮ ਵਾਸਤੇ ਦੂਸਰੇ ਸ਼ਹਿਰਾਂ ਵਿੱਚ ਜਾ ਕੇ ਰਾਇਸ਼ ਪਜ਼ੀਰ ਨੇ, ਉਹ ਨੇ ਟੋਟਲ ਸਾਡੀ ਤਕਰੀਬਨ 8,500 ਦੇ ਅਰਾਊਂਡ ਅਬਾਊਟ ਕਰਨਾਨੇ ਦੀ ਆਬਾਦੀ ਹੈ। ਜੇ ਕਰਨਾਨੇ ਦੇ ਰਸਤਿਆਂ ਦੀ ਗੱਲ ਕੀਤੀ ਜਾਏ ਤਾਂ ਕਰਨਾਨੇ ਰਸਤਾ ਲਿੰਕ ਰੋਡ ਹੈ, ਡਿੰਗਾ ਅਤੇ ਲਾਲਾ ਮੂਸਾ ਰੋਡ ਆਉਂਦਾ, ਉਹਦੇ ਉੱਤੇ ਸਾਡੇ 2 ਰਸਤੇ ਨੇ। ਇੱਕ ਰਸਤੇ ਨੂੰ ਤੁਸੀਂ ਕਹਿ ਸਕਦੇ ਹੋ ਕਿ ਬੰਨੀ ਵਾਲਾ ਰਸਤਾ ਕਹਿੰਦੇ ਹਾਂ, ਅਤੇ ਇੱਕ ਨੂੰ ਪੱਠਿਆ ਵਾਲਾ ਪਾਇਆ ਸੀ ਕਹਿ ਕੇ ਬੁਲਾਉਂਦੇ ਹਾਂ, ਨਜ਼ਦ ਫਜ਼ਲੇ ਨੂਰ ਮਾਰਕੀ, ਇਹ ਵੀ ਜੀ ਕਹਿੰਦਾ। ਇੱਕ ਸਾਡੇ ਰਸਤਾ ਉਮਰ ਜਗ ਨੂੰ ਨਿਕਲਦਾ ਹੈ, ਇੱਕ ਰਸਤਾ ਚੇਚੀਆਂ ਪਿੰਡ ਨੂੰ ਨਿਕਲਦਾ ਹੈ, ਇੱਕ ਰਸਤਾ ਭੋਲੇ ਨੂੰ ਨਿਕਲਦਾ ਹੈ। ਅਤੇ ਜੇ ਤੁਸੀਂ ਲੋਕੇਸ਼ਨ ਦੇ ਹਵਾਲੇ ਨਾਲ ਵੇਖਦੇ ਹੋ ਤਾਂ ਸਾਡੇ ਤਕਰੀਬਨ ਦੱਖਣ ਵਾਲੇ ਪੱਲੇ ਸਾਡੇ ਚੀਚੀਆਂ ਲੱਗਦਾ ਹੈ, ਸਾਡੇ ਲਹਿੰਦੇ ਵਾਲੀ ਸਾਈਡ 'ਤੇ ਰੱਖ ਡੰਡ ਅਤੇ ਕੁਰਕੋ ਲੱਗਦੇ ਨੇ, ਅਤੇ ਸਾਡੇ ਪਰਬਤ ਵਾਲੇ ਪੱਲੇ ਸਾਡੇ ਤਕਰੀਬਨ ਤੁਸੀਂ ਕਹਿ ਸਕਦੇ ਹੋ ਕਿ ਬੰਨੀ ਅਤੇ ਸੁਖਚੈਨਾ ਲੱਗਦਾ, ਅਤੇ ਚੜ੍ਹਦੇ ਵਾਲੇ ਪੱਲੇ ਸਾਡੇ ਲੱਗਦੇ ਨੇ ਉਮਰ ਚੱਕ ਦੇ ਭੋਲਾ, ਸਾਨੂੰ ਯਾਨੀ ਕਿ ਟੱਚ ਕਰਦੇ ਨੇ, ਅਤੇ ਅਸੀਂ ਇੰਨਾ ਸਾਰੇ ਪਿੰਡਾਂ ਸੈਂਟਰ ਵਿੱਚ ਆਉਂਦੇ ਹਾਂ। ਉਮੀਦ ਕਰਨਾ ਕਿ ਤੁਹਾਨੂੰ ਅੱਜ ਦੀ ਵੀਡੀਓ ਪਸੰਦ ਆਈ ਹੋਵੇ ਜੀ, ਜੇ ਤੁਹਾਨੂੰ ਸਾਰੇ ਭਾਈਆਂ ਨੂੰ ਵੀਡੀਓ ਪਸੰਦ ਆਵੇ, ਤੁਸੀਂ ਵੀਡੀਓ ਸ਼ੇਅਰ ਵੀ ਕਰਨੀ ਹੈ, ਲਾਈਕ ਵੀ ਕਰਨਾ, ਚੈਨਲ ਸਬਸਕ੍ਰਾਈਬ ਵੀ ਕਰਨਾ। ਇਹਦੇ ਨਾਲ ਹੀ ਸਾਰਿਆਂ ਭਾਈਆਂ ਕੋਲ ਜਸ ਚਾਹੁੰਦਾ, ਅੱਲਾ ਹਾਫਿਜ਼, ਅਸਲਾਮ ਵਾਲੇ।